ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ। ਮੈਂ ਤੁਹਾਡੇ ਨਾਲ ਰਿਧੀਆ, ਔਰ ਰੁਕ ਕਰਦੇ ਹਾਂ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ। ਮੱਧ ਪ੍ਰਦੇਸ਼ 'ਚ ਵੱਡਾ ਹਾਦਸਾ, ਪਟਾਕਾ ਫੈਕਟਰੀ 'ਚ ਵੱਡਾ ਧਮਾਕਾ, ਹੋਏ ਭਿਆਨਕ ਵਿਸਫੋਟ। ਅਗਲੇ 5 ਦਿਨ ਮੌਸਮ ਰਹੇਗਾ ਸਾਫ। ਕੈਨੇਡਾ ਤੋਂ ਦੁਖਦ ਖਬਰ, ਦਰਦਨਾਕ ਘਟਨਾ 'ਚ ਹੋਏ ਇੱਕ ਸ਼ਖਸ ਦੀ ਮੌਤ। ਲੁਧਿਆਣਾ ਵਿੱਚ ਕਾਰਾਂ ਦੀ ਰੇਸ ਲਾਉਂਦੇ ਹੋਇਆ ਭਿਆਨਕ ਹਾਦਸਾ। ਹੁਸ਼ਿਆਰਪੁਰ ਵਿੱਚ ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ ਦਾ ਹੋਇਆ ਉਦਘਾਟਨ। ਰਜਿਸਟਰੀਆਂ ਅਤੇ NOC ਦੀ ਸ਼ਰਤ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ। ਪੰਜਾਬ ਦੇ ਹਰੇਕ ਸਬ ਡਿਵੀਜ਼ਨ 'ਚ ਲੱਗੇ ਸਰਕਾਰ ਆਪ ਦੇ ਦੁਆਰ ਦੇ ਵਿਸ਼ੇਸ਼ ਕੈਂਪ। ਹੁਸ਼ਿਆਰਪੁਰ ਤੋਂ ਖਾਟੂ ਸ਼ਾਮ ਜੀ ਲਈ ਸ਼ੁਰੂ ਹੋਈ ਫ੍ਰੀ ਬੱਸ ਸੇਵਾ। ਹੁਣ ਖਬਰਾਂ ਵਿਸਤਾਰ ਵਿੱਚ। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹਾ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਗਰਦਾ ਰੋਡ 'ਤੇ ਸਥਿਤ ਪਟਾਕਾ ਫੈਕਟਰੀ 'ਚ ਧਮਾਕਾ ਹੋਇਆ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਾਦਸੇ 'ਚ ਹੋਏ 7 ਲੋਕਾਂ ਦੀ ਮੌਤ, ਜਦਕਿ 60 ਤੋਂ ਵੱਧ ਲੋਕ ਹੋਏ ਜ਼ਖਮੀ। ਅਫੜਾ ਤਫੜੀ 'ਚ ਵਿਚਕਾਰ ਦੀਵਾਰਾਂ ਵਿੱਚ ਤਰੇੜਾਂ ਆਈਆਂ। ਹਸਪਤਾਲ ਵਿੱਚ ਵੀ ਭਗਦੜ ਦੀ ਸਥਿਤੀ। ਧਮਾਕਾ ਇੰਨਾ ਭਿਆਨਕ ਸਨ ਕਿ ਨੇੜੇ ਤੇੜੇ ਦੇ ਲਗਭਗ 20 ਕਿਲੋਮੀਟਰ ਦੇ ਪਿੰਡ 'ਚ ਇਸ ਦੀ ਆਵਾਜ਼ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਫੈਕਟਰੀ ਦੇ ਨੇੜੇ ਤੇੜੇ ਦੇ ਘਰਾਂ 'ਚ ਅੱਗ ਲੱਗ ਗਈ। ਪੰਜਾਬ ਸਰਕਾਰੀ ਬੱਸਾਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਵੇਂ ਯੂਨੀਅਨ ਵੱਲੋਂ  8 ਤਰੀਕ ਤੱਕ ਰਾਹਤ ਦਿੱਤੀ ਗਈ ਹੈ, ਅਤੇ 52 ਸਵਾਰੀਆਂ ਨੂੰ ਬਿਠਾਉਣ ਵਾਲੇ ਫੈਸਲੇ ਨੂੰ ਵਾਪਸ ਲਿਆ ਗਿਆ ਹੈ, ਅਤੇ ਇਸ ਦੇ ਨਾਲ ਹੀ ਸਵਾਰੀਆਂ ਲਈ ਨਵਾਂ ਪੰਗਾ ਵੀ ਖੜ੍ਹਾ ਹੋ ਗਿਆ। ਦਰਅਸਲ ਯੂਨੀਅਨ ਦਾ ਕਹਿਣਾ ਹੈ ਕਿ ਸਵਾਰੀਆਂ ਨੂੰ ਲੈ ਕੇ ਇਹ ਰਾਹਤ 8 ਫਰਵਰੀ ਤੱਕ ਸਿਰਫ ਸਵੇਰੇ ਅਤੇ ਸ਼ਾਮ ਦੇ ਵੇਲੇ ਹੀ ਦਿੱਤੀ ਗਈ ਹੈ, ਜਦੋਂ ਕਿ ਦਿਨ ਦੇ ਵੇਲੇ 52 ਸਵਾਰੀਆਂ ਹੀ ਬਿਠਾਉਣ ਦਾ ਫੈਸਲਾ ਲਾਗੂ ਰਹੇਗਾ। ਅਗਲੇ ਕੁਝ ਦਿਨਾਂ ਵਿੱਚ ਮੌਸਮ ਸਾਫ਼ ਰਹੇਗਾ। ਬੀਤੀ ਸ਼ਾਮ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਦਾ ਪ੍ਰਭਾਵ ਪੂਰੀ ਤਰ੍ਹਾਂ ਖਤਮ ਹੋ ਗਿਆ। ਪੰਜਾਬ, ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੰਗਲਵਾਰ ਸਵੇਰੇ ਧੁੱਪ ਨਿਕਲੀ ਹੈ। ਹਾਲਾਂਕਿ ਕੁਝ ਇਲਾਕਿਆਂ 'ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 5 ਦਿਨਾਂ ਤੱਕ ਦੋਵਾਂ ਰਾਜਾਂ ਵਿੱਚ ਮੌਸਮ ਸਾਫ਼ ਰਹੇਗਾ। ਰੋਜ਼ੀ ਰੋਟੀ ਖਾਤਰ 7 ਮਹੀਨੇ ਪਹਿਲਾਂ ਪਿੰਡ ਪੰਜਵੜ ਦੇ ਕੈਨੇਡਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਸਾਹਮਣੇ ਆਈ। ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੇ ਸੁਬੇਕ ਸਿੰਘ ਦੇ ਪਿਤਾ ਮਲਕੀਤ ਸਿੰਘ ਵਾਸੀ ਪੰਜਵੜ ਕਲਾਂ ਨੇ ਦੱਸਿਆ ਕਿ ਉਸਦਾ ਲੜਕਾ 33 ਸਾਲ ਦੇ ਸੁਬੇਕ ਸਿੰਘ ਉਰਫ ਸੋਨੂ ਨੂੰ 7 ਮਹੀਨੇ ਪਹਿਲਾਂ 25 ਲੱਖ ਰੁਪਏ ਕਰਜ਼ਾ ਲੈ ਕੇ ਕੈਨੇਡਾ ਰੋਜ਼ੀ ਰੋਟੀ ਖਾਤਰ ਭੇਜਿਆ ਗਿਆ ਸੀ। ਬੀਤੀ ਦਿਨੀ ਉਸਦਾ ਟਰੱਕ ਤੋਂ ਭਾਰੀ ਪੱਥਰਾਂ ਦੀ ਸਲੈਬਾਂ ਉਤਾਰਦੇ ਸਮੇਂ ਸਲੈਬ ਦੇ ਹੇਠ ਆਉਣ ਨਾਲ ਹਾਦਸੇ ਦਾ ਵਾਪਰ ਗਿਆ, ਜਿਸ ਵਿੱਚ ਉਸਦੀ ਦਰਦਨਾਕ ਮੌਤ ਹੋ ਗਈ। ਲੁਧਿਆਣਾ ਵਿੱਚ ਹੋਇਆ ਦਰਦਨਾਕ ਹਾਦਸਾ, ਅੱਗ ਸੇਕ ਰਹੇ 4 ਲੋਕਾਂ ਉੱਪਰ ਚੜ੍ਹੀ ਤੇਜ਼ ਰਫ਼ਤਾਰ ਕਾਰ। ਇਸ ਹਾਦਸੇ 'ਚ 4 ਲੋਕ ਗੰਭੀਰ ਜ਼ਖਮੀ ਹੋ ਗਏ, ਜਦਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 2 ਕਾਰ ਸਵਾਰਾਂ ਵੱਲੋਂ ਰੇਸ ਲਾਉਣ ਕਾਰਨ ਵਾਪਰਿਆ। ਜਾਣਕਾਰੀ ਮੁਤਾਬਕ ਥਰੀਕੇ ਰੋਡ ਦੇ 2 ਕਾਰ ਚਾਲਕਾਂ ਨੇ ਰੇਸ ਲਾਈ ਸੀ। ਇੱਕ ਤੇਜ਼ ਰਫ਼ਤਾਰ ਕਾਰ ਡਰਾਈਵਰ ਕੋਲੋਂ ਬੇਕਾਬੂ ਹੋ ਗਈ ਅਤੇ ਅੱਗ ਸੇਕ ਰਹੇ ਲੋਕਾਂ ਉੱਪਰ ਝਾੜ ਦਿੱਤੀ। ਕਾਰ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਕੰਧ ਵਿੱਚ ਜਾ ਵੱਜੀ। ਹੁਸ਼ਿਆਰਪੁਰ ਵਿੱਚ ਵਰਧਮਾਨ ਥਰੈਡਸ ਵੱਲੋਂ ਸਮਾਜ ਸੁਧਾਰ ਵਾਸਤੇ ਰੈੱਡ ਕਰਾਸ ਸਕੂਲ ਆਫ ਵੋਕੇਸ਼ਨਲ ਲਰਨਿੰਗ ਦੇ ਸਕੂਲ ਦਾ ਨਵੀਨੀਕਰਨ ਕਰਕੇ ਉਹਨੂੰ ਹੋਰ ਵੀ ਖੂਬਸੂਰਤ ਬਣਾਇਆ ਗਿਆ। ਇਸ ਦੇ ਵਿੱਚ ਬਿਊਟੀ ਐਂਡ ਵੈਲਨੈਸ ਕੈਂਪ, ਕੰਪਿਊਟਰਸ ਐਂਡ IT, ਫੈਸ਼ਨ ਡਿਜ਼ਾਇਨਿੰਗ ਅਤੇ ਟਾਈਪਿੰਗ ਅਤੇ ਸਟੈਨੋਗ੍ਰਾਫੀ ਦੇ ਕੋਰਸ ਕਰਵਾਏ ਜਾਣਗੇ, ਉਹ ਵੀ ਤਕਨੀਕੀ ਅਤੇ ਅਪਡੇਟਡ ਸਿਲੇਬਸ ਦੇ ਨਾਲ। ਇਹ ਬੱਚੇ ਕੋਰਸ ਸਿੱਖਣਗੇ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਮਿਸਿਸ ਕੋਮਲ ਮਿੱਤਲ ਦੁਆਰਾ ਕੀਤਾ ਗਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ, ਪੰਜਾਬ ਸਰਕਾਰ ਇੱਕ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਤਹਿਤ ਸੂਬੇ ਵਿੱਚ ਹੋ ਰਹੀਆਂ ਰਜਿਸਟਰੀਆਂ ਅਤੇ NOC ਦੀ ਸ਼ਰਤ ਨੂੰ ਹਟਾਇਆ ਜਾ ਸਕਦਾ। ਉਪਰੋਕਤ ਜਾਣਕਾਰੀ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਹਰ ਤਰ੍ਹਾਂ ਦੀਆਂ ਰਜਿਸਟਰੀਆਂ ਅਤੇ NOC ਦੀ ਸ਼ਰਤ ਖਤਮ ਹੋ ਰਹੀ ਸੀ। ਇਸ ਬਾਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ। ਆਪ ਦੀ ਸਰਕਾਰ ਆਪ ਦੇ ਦੁਆਰ ਮਿਸ਼ਨ ਦੇ ਤਹਿਤ ਡੇਰਾ ਬਾਬਾ ਨਾਨਕ ਸ਼ਾਹ ਵਿਖੇ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਸਟਾਲ ਜਿਵੇਂ ਆਧਾਰ ਕਾਰਡ, ਨੀਲੇ ਰਾਸ਼ਨ ਕਾਰਡ, ਪੁਲਿਸ ਸਹਾਇਤਾ, ਬਿਜਲੀ ਵਿਭਾਗ, ਨਗਰ ਨਿਗਮ ਵਿੱਚ ਆ ਰਹੀਆਂ ਮੁਸ਼ਕਲਾਂ, ਪੈਨਸ਼ਨ ਸ਼ਗਨ ਸਕੀਮ ਵਰਗੇ 74 ਤਰ੍ਹਾਂ ਦੇ ਕੰਮ ਕੀਤੇ ਜਾਣਗੇ। ਭਾਰਤ ਦੇ ਬਹੁਤ ਸਾਰੇ ਪ੍ਰਾਚੀਨ ਮੰਦਰਾਂ ਵਿੱਚੋਂ ਖਾਟੂ ਸ਼ਾਮ ਜੀ ਦਾ ਇੱਕ ਮੰਦਰ ਹੈ ਜੋ ਰਾਜਸਥਾਨ ਦੇ ਸ਼ਿਖਰ ਵਿੱਚ ਸਥਿਤ ਹੈ। ਲੱਖਾਂ ਦੀ ਗਿਣਤੀ ਵਿੱਚ ਵਿਦੇਸ਼ੀ ਵੀ ਭਗਵਾਨ ਖਾਟੂ ਸ਼ਾਮ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਹੁਸ਼ਿਆਰਪੁਰ ਵਿੱਚ ਵੀ ਸੇਵਾ ਸ਼ੁਰੂ ਕੀਤੀ ਗਈ ਹੈ। ਦੱਸ ਦਈਏ ਕਿ ਖਾਟੂ ਸ਼ਾਮ ਜਾਣ ਲਈ ਫ੍ਰੀ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਹਰੀ ਝੰਡੀ ਦਿੱਤੀ ਗਈ। ਹੁਣ ਹੁਸ਼ਿਆਰਪੁਰ ਦੇ ਲੋਕ ਵੀ ਫ੍ਰੀ ਖਾਟੂ ਸ਼ਾਮ ਜੀ ਦੇ ਦਰਸ਼ਨ ਕਰ ਸਕਣਗੇ। ਇੱਦਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ GBC ਅਪਡੇਟ ਦੇ ਨਾਲ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.